ਪੰਜਵਾ ਕਰਤੀ ਜਾ ਇੱਕ ਹੋ
Gdje su moje kirpane svoje vrede kuće, ali gdje sam to prepritam u provoke. Kake kar kar gajje, namkoj kiga suhe ake muhe uđene. Sang samtan ke paye, hari ke sant pe pritam pravke, taake kar kar gaye, naam ko kiga sukhe ake muke ujale, sang samtan ke paye. माता जी के सारे परिवार जिन्हें उन्होंने नेड़ के रिश्तेदार है सारे हमदर्दी प्रकट करना है। मौत बारे कोई दो रहमत नहीं, जो इस दुनिया के इस संसार से कोई जी पैदा होया एक ना एक दिन उन्हें चले जाना, इन्हें बारे कोई मतभेद नहीं। जाना कितने है, जाना कि उम्र च है, यह किसी को नहीं पड़ी। असी जो लेखा जोखा करते हैं फिर मनुख के जीवन का करते हैं, जीवन असी उस कहने जोड़ा जन्म तो मौत के संघ का समा हों तो इंसान का जीवन है। जहाँ जी ले गया तेरा हम कमाए कल ना कर सकती और जाए माँ बा कर सा ਮਾਸੀ ਜੀ ਸੁਰਜੀਤ ਕੌਰ ਜੋ ਕੁਛ ਦਿਨ ਪਹਿਲਾਂ ਦੀਪ ਜੋੜਾ ਦੇ ਗਏ ਆ, ਅੱਜ ਸਾਰੇ ਉਹਨਾਂ ਨੂੰ ਸੰਤਾਂ ਦੇ ਕੋਲ ਭੇਟ ਕਰਨ ਲਈ ਆਏ ਹੈ। ਜੋ ਇਨਸਾਨ ਇਸ ਸੰਸਾਰ 'ਤੇ ਆਇਆ ਉਸਨੇ ਇੱਕ ਨਾ ਇੱਕ ਦਿਨ ਚਲੇ ਜਾਣਾ, ਜਾਣ ਤੋਂ ਬਾਅਦ ਉਹਦਾ ਲੀਖਾ ਚੋਖਾ ਕੀਤਾ ਜਾਂਦਾ ਕਿ ਇਹ ਸੰਸਾਰ 'ਤੇ ਆਇਆ ਕਿ ਆਪਣੇ ਪਰਿਵਾਰ ਨੂੰ ਜਾਂ ਨਗਰ ਨੂੰ ਕਿਹੋ ਜਿਹੀ ਸੇਧ ਦੇ ਕੇ ਗਿਆ। ਇਹ ਮੈਂ ਇਸ ਪਰਿਵਾਰ ਦੀ ਗੱਲ ਕਰਦਾ, ਸਾਡੇ ਬਹੁਤ ਹੀ ਸਤਿਕਾਰਯੋਗ ਦਾਦਾ ਜੀ ਅਮਰ ਸਿੰਘ ਜੀ ਹੁਣੀ ਜਿਹੜੇ ਕਿ ਇੱਥੋਂ ਨਗਰ ਦੇ ਸਰਪੰਚ ਰਹੇ ਆ, ਅੱਜ ਉਹਨਾਂ ਦਾ ਪਰਿਵਾਰ ਉਹਨਾਂ ਦੇ ਤਿੰਨ ਬੇਟੇ ਲਾਲਪੂਰ ਸਿੰਘ, ਰਾਮ ਸਿੰਘ ਅਤੇ ਤਮਸਦਾ ਮੁਖਤਿਆਰ ਸਿੰਘ, ਜਿਹੜੇ ਕਿ ਮੁਖਤਿਆਰ ਸਿੰਘ ਜਿਹੜੀ ਛੋਟੀ ਉਮਰ ਦੇ ਵਿੱਚ ਇੱਕ ਆਲੋਚਨਾ ਕਰਕੇ ਸਿੰਘ ਜੀ ਪਰਪਾ ਦੇਵੇ ਦੇ ਦੁੱਖ ਦੇ ਵਿੱਚ ਨਹੀਂ ਬੋਲੇ ਆ, ਦੁੱਖ ਜਿਹੜਾ ਮਨਾਇਆ ਰੱਖਿਆ ਜਾਂਦਾ। ਮਾਂ ਸਾਹਿਬ ਆਪਣੇ ਪਰਿਵਾਰ ਨੂੰ ਸਾਰੀ ਸੰਗਤ ਜਿੰਨੀ ਵੀ ਇੱਥੇ ਪਹੁੰਚੀ ਆ ਆਪੋ ਆਪਣੇ ਕਾਰੋਬਾਰ ਛੱਡ ਕੇ ਇੱਥੇ ਪਹੁੰਚਿਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਅਤੇ ਨਾਲ ਹੀ ਇਹ ਬੇਨਤੀ ਕਰਦੇ ਵੀ ਸਾਰਿਆਂ ਨੇ ਚਾਹ ਪਾਣੀ ਲੰਗਰ ਪ੍ਰਸ਼ਾਦਾ ਜਿਹੜਾ ਛੱਕ ਕੇ ਜਾਣਾ ਹੈਗਾ, ਫਿਰ ਪਰਮਾਤਮਾ ਅੱਗੇ ਅਰਦਾਸ ਕਰਦੇ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਲਾਲ ਬਖਸ਼, ਪਿੱਛੇ ਸਾਨੂੰ ਸਾਰੇ ਪਰਿਵਾਰ ਨੂੰ ਉਹਨਾਂ ਦੇ ਉਤਾਇਆ ਹੋਇਆ ਪੂਰਨਿਆਂ ਦੇ ਚੱਲਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਹਾਈ ਰਾਮ ਜੀ।
Thank you.
ਪਾਈ ਮਨ ਨਾਮ ਉਹਾਂ ਤੇਰੇ ਸੰਗ ਸਫਾਈ ਬੈਰੂ ਨਾ ਪਾਈ ਭੈਣੂ ਨਾ ਪਾਈ ਇਹੋ ਸਫਾਈ ਰਾਮ ਦੁੱਖ ਦਰਦ ਦੇ ਵੇਲੇ ਬਿਪਤਾ ਦੇ ਸਮੇਂ ਸਿਰਫ ਇੱਕ ਪ੍ਰਮਾਤਮਾ ਹੀ ਮਦਦ ਕਰਨ ਵਾਲਾ ਈਸ਼ਵਰ ਉਹ ਭਗਵਾਨ ਵਾਹਿਗੁਰੂ ਨਾ ਕੋਈ ਵੈਰ ਨਾ ਕਿਸੇ ਵੈਰ ਦੀ ਦਵਾਈ ਨਾ ਕੋਈ ਭੈਣ ਨਾ ਕੋਈ ਭਰਾ ਕੋਈ ਵੀ ਮਦਦ ਕਰਨ ਜੋਗਾ ਨਹੀਂ ਮਾਰੂ ਰਾਤ ਦੇ ਅੰਦਰ ਦਇਆ ਦੇ ਸਾਗਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਕਹਿੰਦੇ ਬੈਦੋ ਨਾ ਪਾਈ ਭੈਣੋ ਨਾ ਪਾਈ ਏਕੋ ਸਹਾਈ ਰਾਮ ਸਹਾਇਤਾ ਕਰਨ ਵਾਲਾ ਤੇ ਨਾਲ ਰਹਿਣ ਵਾਲਾ ਤੇਰੀ ਮਦਦ ਕਰਨ ਵਾਲਾ ਤੇਰੀ ਬਾਂਹ ਫੜਨ ਵਾਲਾ ਤੇਰੇ ਤੇ ਕਿਰਪਾ ਕਰਨ ਵਾਲਾ ਈਸ਼ਵਰ ਪਰਮਾਤਮਾ ਵਾਹਿਗੁਰੂ ਜੀ ਜਿੱਥੇ ਸਭ ਦੀ ਪਹੁੰਚ ਖਤਮ ਹੋ ਜਾਂਦੀ ਹੈ ਉੱਥੇ ਫਿਰ ਜਿਸ ਨੂੰ ਹੋਵੇ ਬਲ ਸੋ ਕਦੇ ਨਾ ਜਿਹਦੇ ਅੰਦਰ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਉਹ ਐਸੇ ਲੋਕ ਦੇ ਅੰਦਰ ਵੀ ਪ੍ਰਲੋਕ ਦੇ ਅੰਦਰ ਵੀ ਸੋਭਾ ਪਾਵੇ ਉਹਦਾ ਲੋਕ ਵੀ ਸੀ ਤੇ ਪ੍ਰਲੋਕ ਵੀ ਸੀ ਅਤਿ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ ਨੇਕ ਦਿਲ ਬੜੀ ਪਵਿੱਤਰ ਰੂਪ ਉਹਨਾਂ ਦੇ ਨਿਮਿਤ ਆਪਾਂ ਮਹਾਂਪੁਰਸ਼ਾਂ ਦੇ ਪ੍ਰਾਪਤ ਸਥਾਨਾਂ ਤੇ ਗੁਰੂ ਘਰ ਗਹਿਰਮੀ ਵਾਲੇ ਵਿਖੇ ਜੁੜ ਰਹੇ ਹਾਂ ਜੋ ਪੈਦਾ ਹੋਇਆ ਉਹਨੇ ਚਲੇ ਜਾਣਾ ਕਿਉਂਕਿ ਇਸ ਗੱਲ ਤੇ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਥਾਂ ਹੋਰ ਲਾਉਂਦੇ ਨੇ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ ਪਰ ਉਹ ਆਜ ਕੈ ਕਾ ਨਾ ਮੁਖ ਹਰ ਗੁਰ ਗਾਏ ਰਹੇ ਤਾਂ ਅਗਨ ਜੋ ਪੈਦਾ ਹੋਇਆ ਚਲਿਆ ਗਿਆ ਚਲੇ ਸਭ ਨੇ ਜਾਣਾ ਪਰ ਜਾਣ ਜਾਣ ਕੇ ਫਰਕ ਜ਼ਰੂਰ ਹੋਇਆ ਮਰਨਾ ਉਸੀ ਕਾ ਜਮਾਨਾ ਜਿਸ ਤੇ ਕਰੇ ਅਫਸੋਸ ਵਰਨਾ ਸਭੀ ਆਪਣੇ ਨੇ ਦੁਨੀਆ ਮੇ ਮਰਨੇ ਕੇ ਜੀਵ ਪੈਦਾ ਮਰ ਗਏ ਜੀਵ ਪੈਦਾ ਮਰਨ ਦੇ ਲਈ ਹੋਇਆ ਕਰਦਾ ਇਸ ਤੋਂ ਪਹਿਲਾਂ ਇਹਨੇ ਜਿੰਨਾ ਸਮੇਂ ਦਾ ਮਰਨ ਉਹਨਾਂ ਦਾ ਤਹਿ ਲੈਣਾ ਹੁੰਦਾ ਇਹ ਜੀਵ ਪਹਿਲੀ ਕਲਕਾਰੀ ਇਸ ਸੰਸਾਰ ਤੇ ਨਹੀਂ ਲੈ ਸਕਦਾ ਨਹੀਂ ਨਹੀਂ ਮਰਨ ਲਿਖਾਏ ਮੰਡਲ ਮੈਂ ਆਏ ਜਦੋਂ ਕਿਸੇ ਦੇ ਜਾਣ ਦਾ ਸਮਾਂ ਨਿਸ਼ਚਿਤ ਹੋ ਜਾਂਦਾ ਜੀਵ ਸੰਸਾਰ ਤੇ ਆਉਂਦਾ ਤੇ ਆਪਣੇ ਸਮੇਂ ਅਨੁਸਾਰ ਕੋਈ ਵਿਧੀ ਬਣਦੀ ਹੈ ਕਹਿੰਦੇ ਜਦੋਂ ਤਿੰਨ ਗੱਲਾਂ ਕਰਤਰ ਹੋ ਜਾਂਦੀਆਂ ਤਾਂ ਜੀਵ ਸੰਸਾਰ ਤੋਂ ਚਲਿਆ ਜਾਂਦਾ ਉਹ ਤਿੰਨ ਗੱਲਾਂ ਕਿਹੜੀਆਂ ਤੇ ਕਹਿੰਦੇ ਕਿਹੜੀ ਵਿਧੀ ਦੁਆਰਾ ਕਿਹੜੇ ਸਮੇਂ ਤੇ ਕਿਸ ਅਸਥਾਨ ਤੇ ਜੀਵ ਦੇ ਸਵਾਸ ਪੂਰੇ ਹੋਣੇ ਹੈ ਜਦੋਂ ਇਹ ਤਿੰਨ ਗੱਲਾਂ ਕਰਤਰ ਹੋ ਜਾਂਦੀਆਂ ਤੇ ਜੀਵ ਸੰਸਾਰ ਤੋਂ ਚਲਿਆ ਜਾਂਦਾ ਸਦਾ ਨਹੀਂ ਕਹਿੰਦੇ ਇੱਕ ਮੌਤ ਇਸ ਮੌਤ ਤੋਂ ਬਚਣ ਦੇ ਲਈ ਸਦਾ ਸੰਸਾਰ ਤੇ ਰਹਿਣ ਦੇ ਲਈ ਬੜੇ ਵੱਡਿਆਂ ਨੇ ਬਹੁਤ ਵੱਡੇ ਵੱਡੇ ਯਤਨ ਕੀਤੇ ਕਿ ਵੀ ਅਸੀਂ ਇਸ ਮੌਤ ਤੋਂ ਬਚ ਸਕੀਏ
रावण ने कान पावे ना बंद के रख लिया। हरनाथ सिंह ने तपस्या ने अपनी वर्गी अनेक शक्ल ही बना दतिया कि जब मौत आवेगी भुलेखा पै जाएगा तो मैं बच जाऊंगा। लिखी होया सिंगी रीति उन्हें एक बादशाह सुराग दे दिता प्रीशित हो कि दशक नाग लड़के मौत होनी है कि उस दशक नाग को बचने के लिए उस बादशाह ने समुद्र के विच कच दे महल बना ले कि दशक नाग नहीं आवेगा पर बच नहीं सके। एक शिवेक पे एक गए एक फिर पे राम चंद्र कृष्ण के अवतार की अनेक है ब्रह्मा वेद के ते वेद और प्राण के ते सिमरत समूह के होए होए बताए हैं मोड़नी मदार के ते असनी कमार के ते अंसा अवतार के ते काल बस पहे हैं तीरो पगंबर के ते गने ना बदले भूम ही ते होए के फिर भूम ही बदले। जिन्हें भी कहते बड़े बड़े आते बहुत बड़े यत्न किए मौत तो बचन के लिए कहते सारे यत्न मौत के मुंह वल ले गए। वह तो ना बाई भैन हो ना पर मौत की दवा किसी ने नहीं बनाई। हां बंदगी वाले फकीर साधु महात्मा सब कुछ वो कितने कृपा कर देना फिर बड़ा कर अपनी कमाई फिर का बख्श। एक बैर होया लुकमान हकीम के नाम दुनिया जाने करती यूनान देश के रहने वाला महात्मा की पुस्तक जदास ने पढ़िया मुक्त उन्होंने मुड़ के रोग नहीं कोई एक वैद्य की बड़ी नॉलेज एक अंदर रूह की मार्ग के नाम पीछे हुई थी दोनों बातें जुड़िया इतने तक लिखा कहते जो बहुत स्याणा अपने आप को गिन लवे एक दफा कहते उन्हें एदा की दुआ बनाई कहता भी किसी जीव के सवास चलते हो उन मेरे को ले आयो मैं उसकी मौत की हो देवगा मैं मौत की दुआ दे समा पै के बड़ा बीमार हो गया कहते उन्हें बड़े इलाज करवाए पर बात ना बनी उन वजीरा ने रह दी कि ऐ बादशाह जे तू अपने पुत्र जीवित वेखना चाहना है तू चाहना है कि तेरा पुत्र शरीर करके सदा तेरे अखां दे सामने रहे तां इहदा मंजा चक के लुकमान हकीम दी कुली दे कोले लै जा उही बचा सकदा होर दुनिया ते कोई तेरे पुत्र नूं नहीं बचा। कहिंदे आ मंजा चुकवाया लुकमान हकीम दे अगे जाके रख दित्ता गल विच परना पा के कहिंदे उहने हथ जोड़ के हकीम दे सामने गिड़गिड़ा के एक अर्थ कीती रजोई कीती बेनती कीती कहिंदा ऐ हकीम जी मेरा इको एक पुत्र है ते मैनू बड़ा प्यारा है जिस दी मौत की परे तो पहला मैं मैनू बड़ा प्यार हकीम कहता बादशाह तेनू बचन दिना मैं अपनी जवान तेनू बचन दिना
ਜੇ ਤੇਰੇ ਪੁੱਤਰ ਦੀ ਹੁਣ ਵੀ ਮੌਤ ਹੋ ਗਈ ਮੈਂ ਤੇਰੇ ਮੱਥੇ ਨਹੀਂ ਲੱਗਾ ਮੱਥੇ ਤਾਂ ਕੀ ਤੇਰੇ ਸ਼ਹਿਰ ਵੀ ਨਹੀਂ ਲਵਾਂਗਾ ਤੇਰੇ ਰਾਜ ਨਹੀਂ ਲਵਾਂਗਾ ਮੁੜ ਕੇ ਕਿਸੇ ਸਵਾਲ ਨਹੀਂ ਲਵਾਂਗਾ ਤੇਰਾ ਸ਼ਹਿਰ ਕੱਟ ਕੇ ਤੇਰਾ ਰਾਜ ਕੱਟ ਕੇ ਚਲਾ ਜਾਵਾਂ ਜੇ ਤੇਰੇ ਪੁੱਤਰ ਦੀ ਹੁਣ ਵੀ ਮੌਤ ਹੋ ਗਲਾ ਹੋਇਆ ਉਪਰੰਤ ਅਰਦਾਸ ਅੰਦਰ ਸ਼ਾਮਲ ਹੋਣਾ ਹੈ ਦਿਲੋਂ ਭਿੱਜ ਕੇ
आप शब्द नाल जुड़िए गुरमुख जन्म सवार दरगे चलिया सच्ची दरगे जाई सच्चा पिंड मिल गया। गुरमुख जन्म सवार दरगे चलिया गुरमुख जन्म सवार दरगे चलिया गुरमुख जन्म सवार दरगे चलिया सच्ची दरगे जाए सच्ची दरगे ਕਾਰਨ ਸ਼ਖਸੀਅਤਾਂ ਰਾਜਨੀਤਿਕ ਸ਼ਖਸੀਅਤਾਂ
ਹੋਰ ਗਿਆਨ ਦੇ ਨਗਰ ਨਿਵਾਸੀ ਇਲਾਕਾ ਨਿਵਾਸੀ ਗਿਆਨ ਪੂਰੀ ਕਿਸ ਕਿਸਮ ਪਹੁੰਚੀਆਂ ਹੋਈਆਂ ਨੇ ਬੇਨਤੀ ਸਰਕਾਰ ਨੂੰ ਸੰਤ ਬਾਬਾ ਉਦੈ ਸਿੰਘ ਜੀ ਪ੍ਰਤੀ ਸਰਕਾਰ ਨੂੰ ਮਹਾਂਪੁਰਖ ਵੱਡੇ ਡੇਰੇ ਵਾਲੇ ਮਹਾਂਪੁਰਖ ਜਿਨ੍ਹਾਂ ਦੇ ਹੁਕਮਾਂ ਨੂੰ ਮੰਨਦੇ ਦਾਸ ਨੇ ਹਾਜ਼ਰੀ ਭਰੀ ਹੈ ਸਰਕਾਰ ਦੇ ਮਹਾਂਪੁਰਖ ਸੰਤ ਬਾਬਾ ਲਖਵੀਰ ਸਿੰਘ ਜੀ ਨਿਰਮਲਾ ਆਸ਼ਰਮ ਵਾਲੇ ਮਹਾਂਪੁਰਖ ਸਰਕਾਰ ਦੇ ਮਹਾਂਪੁਰਖ ਸੰਤ ਬਾਬਾ ਇਕਬਾਲ ਸਿੰਘ ਜੀ ਬਿਆਨ ਰਾਜਮਾਨੀ ਚਿੱਠੀਆਂ ਤਾਂ ਪਹੁੰਚੀਆਂ ਨੇ ਕਿਸਮ ਦੇ ਨਾਲ ਜੁੜੀਏ ਉਪਰੰਤ ਅਰਦਾਸ ਨੇ ਸ਼ਾਮਿਲ ਹੋਈਏ ਹੋਈਆਂ ਬਿਆਨ ਸਰਕਾਰ ਦੀਆਂ ਗੱਲਾਂ ਦੀ ਹਿੰਮਤ ਕਰਦੇ ਨੇ ਜਾ ਕੇ ਤਬ ਅੱਗੇ ਅਰਦਾਸ
ਰਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਤਿਰੰਗਪੁਰ ਤੇ ਅਮਰਦਾਸ ਰਾਮਦਾਸ ਸਰਬ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਸਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਹੈ ਕਰਨਾ ਨਿਤਾਵੈ ਭਾਈ ਸਭ ਥਾਈ ਹੁਣਾਂ ਦੀ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੁਣਾਂ ਦੀ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਤਖ਼ਤ ਚੌਂਕਤ ਦੇ ਮਾਲਕ ਸਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀ ਲਾਲ ਸਦੇਸ਼ ਦਾ ਧਿਆਨ ਦੇ ਕੇ ਬੋਲਣਾ ਜੀ ਵਾਹਿਗੁਰੂ ਦਸ ਪਾਤਸ਼ਾਹੀਆਂ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਹੱਟੀਆਂ ਜੱਟੀਆਂ ਤੱਤੀਆਂ ਸੰਤਾਂ ਭਗਤਾਂ ਮਹਾਂਪੁਰਖਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੰਦ ਦੇਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚੱਕੜੀਆਂ ਦਿੱਤੜੇ ਤਾਂ ਆਰਿਆਂ ਨਾਲ ਕਰਾਏ ਗਏ ਗੁਰਦੁਆਰਿਆਂ ਦੀ ਸੇਵਾ ਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਤੇਰੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਸਮੂਹ ਸਿੰਘਾਂ ਸਿੰਘਣੀਆਂ ਮਾਈਆਂ ਬੀਬੀਆਂ ਬੱਚੀਆਂ ਦੀ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਾ ਰਿਆਇਤ ਦੇਖ ਕੇ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਹਿਤ ਸਹਾਇ ਬਖਸ਼ੋ ਜੀ ਆਪਦੇ ਪਿਆਰੇ ਗੁਰਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਅਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾਸਕਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗਾ ਟਲ ਧਰਮ ਕਾ ਜੈ ਕਾਰ ਬੋਲਣਾ ਜੀ ਵਾਹਿਗੁਰੂ ਆਦਿ ਤੋਂ ਲੈ ਕੇ ਸ੍ਰੀ ਨਨਕਾਣਾ ਸਾਹਿਬ ਪ੍ਰਿਯੰਤ ਸਾਖੰਡ ਸ੍ਰੀ ਹਜ਼ੂਰ ਸਾਹਿਬ ਸਮੂਹ ਗੁਰੂ ਜੀ ਕੇ ਨਿਸ਼ਾਨਾ ਧਾਮਾਂ ਕੀਰਤਨਾ ਸਰੋਵਰਾਂ ਜਿੱਥੇ ਜਿੱਥੇ ਆਪ ਜੀ ਨੇ ਪਾਵਨ ਪਵਿੱਤਰ ਚਰਨ ਪਾਏ ਪੰਜਾਂ ਤਖਤਾਂ ਜੀ ਦੀ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਦਿਸੈ ਗੈ ਨਾਨਕਾ ਖਲੈ ਕੀਤੇ ਅਰਦਾਸ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਨਿਰੰਕਾਰ ਅੰਤਰਜਾਮੀ ਮਿਹਰਬਾਨ ਦਾਤਾ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਅਰਦਾਸ ਬੇਨਤੀ ਹੈ ਸਤਿਗੁਰੂ ਜੀਓ ਫਰੀਦਾ ਕੀਥੜ ਮੇਖਾਂ ਪਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੈ ਮਸਾਇਕ ਫੇਕ ਰਾਣਾ ਰਾਓ ਨਾ ਕੋ ਰਹੇ ਰਾਮ ਕੀ ਨਾ ਕੌਮ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧਨ ਧੀਰ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਜੀਓ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸੇਵਕ ਸਵਰਗ ਵਾਸੀ ਸਰਦਾਰ ਰਾਮ ਸਿੰਘ ਜੀ ਸਿੱਧੂ ਉਹਨਾਂ ਦੀ ਧਰਮ ਸੁਪਤਨੀ ਮਾਤਾ ਮਾਤਾ ਸੁਰਜੀਤ ਕੌਰ ਜੀ ਸਿੱਧੂ ਸਤਿਗੁਰੂ ਜੀਓ ਆਪ ਜੀ ਦੀ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਮਿਹਰਬਾਨ ਦਾਤਾ ਇਸ ਲੋਕ ਤੇ ਖਰਚ ਕਰਦੇ ਹੋਏ ਪਿਛਲੇ ਦਿਨੀ ਆਪ ਦੇ ਚਰਨਾਂ ਵਿੱਚ ਜਾਵ ਰਾਜੇ ਨੇ ਸਤਿਗੁਰੂ ਜੀਓ ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਉਹਨਾਂ ਦੇ ਪੋਤਰੇ ਅਤਿ ਸਤਿਕਾਰਯੋਗ ਸਰਦਾਰ ਸੁਖਦੀਪ ਸਿੰਘ ਜੀ ਸਿੱਧੂ ਸਰਪੰਚ ਸਾਹਿਬ ਸਰਦਾਰ ਜਗਦੀਪ ਸਿੰਘ ਜੀ ਸਿੱਧੂ ਸਮੁੱਚਾ ਸਿੱਧੂ ਪਰਿਵਾਰ ਨੇ ਮਿਲ ਕਰਕੇ ਆਪ ਜੀ ਦੀ ਲਾਗੀ ਬਾਣੀ ਰੱਬੀ ਬਾਣੀ ਦਾ ਓਟ ਆਸਰਾ ਲੈਂਦਿਆਂ ਹੋਇਆ
अपने ग्रह व्यक्ति धुरकी बाणी आई तसली चित मिटाई जी दे श्री सहज पाठ आरंभ करवाए गए सन। सतगुरु जीओ अमृत वेले भोग पैण तो उपरंत इस समय महापुरखां दे पवित्र स्थानां ते आपदे पावन पुत्र हजूरी दे अंदर अंते सतगुर बोलिया, मैं पिछै कीर्तन करियो निर्वाण दे महावाक अनुसार उस पिछड़ी हुई रूह दे निमित्त लाभी बाणी दे हर दस कीर्तन होए ने सतगुरु जीओ गुरमुख विचारा होईआं। मेहरवान दाता बाणी पढ़दे आं, बाणी सुनदे आं, सेवा संगत करदे आं, कथा कीर्तन करदे आं, होईआं बेअंत प्रकार दीआं भुल्लां दी खिमा कर देणी, अगे वाक शुद्ध बाणी पढ़न दा, सेवा करन दा, बाणी सरवण करन दा, कथा कीर्तन करन दा बाल उद्यम चाव भाव लगन श्रद्धा प्रेम बख्श करना मेहरवान दाता समुचे सिद्धू परिवार वल्लों कीतियां होईआं सेवावां बड़ी सोहणी बाणी मेहरवान दाता इसका आदेश फल सातवें विश्वी हुए गुरु बख्शिश करना कृपा करनी। सतगुरु जी को आपने माता संजीत कौर को आपके चरणों में नवास बख्श करना पिछे समुचे परिवार को भाणा मन का भाणा इसे भाणे रूप रखता हो समुचे सिद्ध परिवार वालों सतगुरु जी को आपने बख्शिया हुई दाता प्राप्त देख सजा के हजूरी अंदर लिया गई है देव की तैयारी कर रहे हैं जिस हुए कृपाल सोई
ਬੰਦੇ ਕੋ ਦਸਵਾਈ ਮੁਕਤੇ ਮਾਲ ਕਰਕੇ ਦਾਲ ਦੀਆ ਮਨ ਰੰਜਨ ਕੀ ਮਾਇਆ ਹਾਹਾ ਕਰਤ ਬੇਨੀ ਅਵਦ ਹੈ ਤਾਂ ਮੈਂ ਸੰਤੋ ਪਵਨ ਤੇਜ ਧਨੀ ਉਮਨ ਚਿਤ ਰੰਗਾ ਸੰਗ ਨ ਚੱਲੋ ਇਹਨੇ ਕਛੂਏ ਉਠ ਸਿਧਾਇਓ ਨਾਨਾ ਹਰ ਕੇ ਸੰਤ ਪੈ ਪ੍ਰੀਤਮ ਪ੍ਰਭ ਕੇ ਤਾਕੇ ਹਰ ਘਰ ਗਾਈਏ ਨਾਨਕ ਕੀ ਦਾ ਸੁਖਿਆ ਕੈ ਮੁਖੇ ਉਜਰੇ ਸੰਗ ਸੰਤਨ ਕੈ ਪਈਏ ਹਰ ਕੇ ਸੰਤ ਪੈ ਪ੍ਰੀਤਮ ਪ੍ਰਭ ਕੇ ਤਾਕੇ ਕਰ ਕਰ ਗਾਈਏ ਨਾਨਕ ਕੀ ਦਾ ਸੁਖਿਆ ਕੈ ਮੁਖੇ ਸੰਗ ਸੰਤਨ ਕੈ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਗੁਰੂ ਪਿਆਰੇ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਮਾਤ ਕਰਦਾ ਹੈ ਮਾਤਾ ਜੀ ਦੇ ਸਾਰੇ ਪਰਿਵਾਰਾਂ ਜਿੰਨੇ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਹੈ ਸਾਰਿਆਂ ਨਾਲ ਹਮਦਰਦੀ ਪ੍ਰਗਟ ਕਰਨਾ ਮੌਤ ਬਾਰੇ ਕੋਈ ਦੋ ਰਹਿਮਾਂ ਨਹੀਂ ਜੋ ਇਸ ਦੁਨੀਆ 'ਤੇ ਇਸ ਸੰਸਾਰ 'ਤੇ ਕੋਈ ਜੀਵ ਪੈਦਾ ਹੋਇਆ ਇੱਕ ਨਾ ਇੱਕ ਦਿਨ ਉਹਨੇ ਚਲੇ ਜਾਣਾ ਜਿਹਦੇ ਬਾਰੇ ਕੋਈ ਮਤਭੇਦ ਨਹੀਂ ਜਾਣਾ ਕਿੱਥੇ ਹੈ ਜਾਣਾ ਕਿਹੜੀ ਉਮਰ 'ਚ ਹੈ ਇਹ ਕਿਸੇ ਨੂੰ ਨਹੀਂ ਪਈ ਅਸੀਂ ਜੇ ਲੇਖਾ ਚੋਖਾ ਕਰਦੇ ਹਾਂ ਫਿਰ ਮਨੁੱਖ ਦੇ ਜੀਵਨ ਦਾ ਕਰਦੇ ਹਾਂ ਜੀਵਨ ਅਸੀਂ ਉਸ ਨੂੰ ਕਹਿੰਦੇ ਹਾਂ ਜਿਹੜਾ ਜਨਮ ਅਤੇ ਮੌਤ ਦੇ ਸਾਂਝਾ ਸਮਾਂ ਹੁੰਦਾ ਉਹ ਇਨਸਾਨ ਦਾ ਜੀਵਨ ਹੈ ਮਨੁੱਖ ਦੇ ਜੀਵਨ ਦਾ ਅਸੀਂ ਲੇਖਾ ਚੋਖਾ ਇਸ ਕਰਕੇ ਕਰਦੇ ਹਾਂ ਕਿ ਕੁਦਰਤ ਨੇ ਇਹਨੂੰ ਸੂਝ ਕੀਤੀ ਹੈ ਦਿਮਾਗ ਦਿੱਤਾ ਹੈ ਇਹ ਆਪਣੇ ਲਈ ਵੀ ਸੋਚਦਾ ਇਹ ਸਮਾਜ ਲਈ ਵੀ ਸੋਚਦਾ ਪਸ਼ੂ ਪੰਛੀਆਂ ਲਈ ਵੀ ਸੋਚਦਾ ਅਸੀਂ ਇਸਦੇ ਜੀਵਨ ਦੇ ਤਾਂ ਚਾਚੇ ਬਣਦੇ ਹਾਂ ਜਿੱਥੋਂ ਜਿਕਰ ਮਾਤਾ ਸੁਰਜੀਤ ਕੌਰ ਦੇ ਜੀਵਨ ਦਾ ਸੰਬੰਧ ਹੈ ਉਹਨਾਂ ਨੇ ਲਗਭਗ 80-85 ਸਾਲ ਪਹਿਲਾਂ ਰਵਿੰਦਰ ਸਿੰਘ ਜੌਹਰ ਪਿੰਡ ਪੂਰੇ ਉਹਨਾਂ ਦੇ ਗ੍ਰਹਿ ਜਿਹੜੇ ਮਾਤਾ ਬਸੰਤ ਕੌਰ ਦੇ ਕੁੱਖੋਂ ਪੈਦਾ ਹੋ ਕੇ ਜਨਮ ਸ਼ੁਰੂ ਆਪਦਾ ਜੀਵਨ ਸ਼ੁਰੂ ਕੀਤਾ ਆਪਣੀ ਭਾਰਤ ਜਵਾਨੀ ਦੇ ਵਿੱਚ ਸਾਡੇ ਪਿੰਡ ਦੇ ਬਹੁਤ ਹੀ ਕਹਿਤ ਕਰੋ ਅਤੇ ਵੰਡ ਸ਼ਬਦ ਦੇ ਨਾਮ ਜਪਣ ਵਾਲੇ ਪਰਿਵਾਰ ਦੇ ਨਾਲ ਸਰਦਾਰ ਸਾਹਿਬ ਦਾ ਸਰਪੰਚ ਅਮਰ ਸਿੰਘ ਉਹਨਾਂ ਦੇ ਸਪੁੱਤਰ ਸਰਦਾਰ ਰਾਮ ਸਿੰਘ ਦੇ ਨਾਲ ਉਹਨਾਂ ਦੀ ਸ਼ਾਦੀ ਹੋ ਗਈ ਪਰਿਵਾਰ ਉੱਧਰ ਦਾ ਵੀ ਕਿਰਤ ਕਰਨ ਵਾਲਾ ਅਤੇ ਵੰਡ ਕੇ ਛੱਡਣ ਵਾਲਾ ਇੱਧਰ ਲਾਪਰਵਾਹ ਵੈਸੇ ਤਾਂ ਦੁਨੀਆਂ ਦੇ ਵਿੱਚ ਕੋਈ ਜੈ ਭਗਤ ਹੋਵੇ ਸੂਰਮਾ ਹੋਵੇ ਫਿਲਾਸਫਰ ਹੋਵੇ ਉਹਨੂੰ ਕਿਸੇ ਨਾ ਕਿਸੇ ਕਿਸੇ ਦੀ ਮਾਂ ਦਾ ਯੋਗਦਾਨ ਹੁੰਦਾ ਕਿਸੇ ਦੀ ਔਰਤ ਦਾ ਹੁੰਦਾ ਕਿਸੇ ਦੀ ਭੈਣ ਦਾ ਹੁੰਦਾ ਉਹਨੂੰ ਤਾਂ ਹਾਂ ਚੱਕਣ ਲਈ ਬਾਬੇ ਫਰੀਦ ਜੀ ਜੇ ਕਹਿੰਦੇ ਮਾਂ ਨਾ ਹੁੰਦੀ ਮਰੀਆ ਤੇ ਬਾਬੇ ਫਰੀਦ ਦਾ ਅੱਜ ਸਾਰੀ ਦੁਨੀਆਂ 'ਚ ਸਲੋਕ ਮਸ਼ਹੂਰ ਨਾ ਹੁੰਦੇ ਕੈਰੋ ਪਾਂਡਵਾਂ ਜਿਹੜੇ ਮਹਾਂਭਾਰਤ ਦੇ ਖਾਸ ਪਾਤਰ ਹੈ ਉਹਨਾਂ ਦੀ ਮਾਤਾ ਕੁੰਤੀ ਨਾ ਹੁੰਦੀ ਕਿਉਂਕਿ ਉਹਨਾਂ ਦਾ ਪਤੀ ਵੀ ਪਹਿਲਾਂ ਮਰ ਗਿਆ ਸੀ ਉਹ ਅੱਜ ਸਾਡੇ ਸਾਰੇ ਸੰਸਾਰ ਦੇ ਵਿੱਚ ਇੱਕ ਬਹੁਤ ਵੱਡੇ ਪਾਤਰ ਨਾ ਹੁੰਦੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਨਾਂ ਦਾ ਛੋਟੀ ਉਮਰ ਦੇ ਵਿੱਚ ਹੀ ਪਿਤਾ ਦਾ ਸ਼ਹੀਦੀ ਪਾ ਗਿਆ ਸੀ ਉਹਨਾਂ ਦੀ ਮਾਂ ਜੋ ਗੁਜਰੀ ਨਾ ਹੁੰਦੀ ਅਤੇ ਅੱਜ ਸਾਰੇ ਸੰਸਾਰ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਨਾ ਹੁੰਦਾ ਸੋ ਇਸ ਪਰਿਵਾਰ ਦੇ ਵਿੱਚ ਵੀ
माता सरजीत कौर का जरा योगदान दूजे परिवार के नाल रल के इस परिवार को साढ़े पंजाब के उंगलों के गिण वाले परिवारों के बड़ा करना ये माता सरजीत कौर का आपके दूसरे परिवार के नाल रल के योगदान इन्होंने पाया है। कोई व्यापार करके कोई छत्ती मार के तो बहुत सारे परिवार में तकड़े होंगे बैठे सारे आपा खरबा बन जाते पर इस हथाने नाल किरत करके जेडे पंजा बंदे रोटियां आपके हथी पवाड़िया फिर इन्होंने जेडे बंदे है उन्होंने बड़ा से फल बह के फिर इस परिवार को साढ़े पंजाब के उंगल से गिनने वाले परिवार का लाभ लिया इन्होंने योगदान से इन्होंने बहुत सारा हिस्सा है। जितों तकर इस परिवार का जो कुदरत ने परमात्मा ने इन्होंने बहुत कुछ दिता फिर कोई भी साढ़े इलाके का कोई काल कोई सुकून पिंड का तो होना ही है चाहे कोई धर्म जगह यहोजी कोई नहीं होनी कि जिथे इस परिवार ने अपनी किरत कमाई के बीचों ना हिस्सा पाया। 1980 के सरदार प्रकाश सिंह बादल आया अपनी सोसायटी जी इन्होंने आप बनाई सी उदे इन्होंने उदों आपके करते राजिया के नाल पैसों के नाल 1980 के तोलिया से उदो 10,000 रुपया बनता है अज लाख हिसाब के किन्ने रुपये बन गए। सरदार अमरसिंह ने जिथे दो भजाई हुए काम किए हैं उसे फिर पिंड वासियों ने साल 1978 के उन्होंने सरपंच चुन लिया सरपंच भी उन्होंने ना किसी ना फिरकरा नहीं किया बहुत सारिया गल् जुड़िया होंगे पर फिर उन्हें सब तो बड़िया उन्होंने कीतिया हैं वह सरदार प्रकाश सिंह बादल कह के साडे पिंड पिंड 3 मोहल्ले सीधे नहर चीते ही लगे वह भी इन्होंने लगाए आ जी पानी वाली रुचि सब तो पहला उदो किसी बिरले पिंड चुनी सी यह भी उन्होंने आगे सरपंच जी ने गां ही बनाई होर तो छोटिया छोटिया जड़िया गल् वो बहुत सारा जिथे इस परिवार को कुदरत ने बहुत कुछ किया परमात्मा ने उसे दुख की राज लाई है। सरदार हरजात सिंह इन्होंने परिवार का एक मेंबर सिर्फ 35 साल की उम्र च विछोड़ा दे गया सारे परिवार को उदू मुड़ के माता जी के दोए बेटे द्योर जेब होर सारे किन्ने बंदे गिना पर फिर भी इन्होंने परमात्मा चेते रखा किरत की इन्होंने डोले नहीं इन्होंने फिर तैयारी करके 30-35 साल बाद आपका पोता सुखबीर सिंह सरपंच इन्होंने अगवाई के थले बनिया सरपंच साहब दसते होंगे कि जिन्ना चिकर मैं भला कि टाइम हो गए मैं पिंड में आता नहीं सी माता जी रोटी नहीं सी इस करके इन्होंने इन्होंने अगवाई के लिए इन्होंने भी सरपंच बनाया जिथे सरदार अमृत सिंह का इन्होंने बाबे का बजुर्गों का देन है उसे सरदार सुरजीत सिंह जी सारे आप जानते हैं किसी ना कोई मिलकरा नहीं किसी ने वोट पाई है किसी ने नहीं पाई इन्होंने सारी सारी जी सड़क है उसे बूटे लवाए हैं पासे उन्होंने टैलां लवाइया अशोका सिंह है वो भी इन्होंने बनाया सड़क के बहुत सारे पार्क बनाया एक बहुत वड्डी जी झील है वह भी तैयार करती है। सब तो वड्डी जी गल है 80-85 पिंडां नूं जिहड़ा पानी देना है वह भी इन्हों की देना है तो इन्होंने इस पिंड के लिए ही आता है ये सारा कुछ जे इस परिवार बारे बोलन लगी तो बहुत जोड़ा है टाइम लगेगा किताब भी नहीं जा सकती है बहुत सारे जे परिवार के सज्जन आए हैं सियासी पार्टियों ने पिंडा के सरपंच सरपंच और बहुत आए असी सारे को उन्होंने तो माफी चाहवागे असी एक लिस्ट बोल दें कि उस तो बाद सिर्फ एक बुलाने बोलूगा भगवंत सिंह कंता प्रधान ऑल इंडिया ट्रक यूनियन दिल्ली के जेडे एम पी है परमेश कुमार शर्मा जी DSP धर्म कौर जसवीर सिंह ये मैं उन्होंने सज्जनों का नाम बोलता है कि कई ने सोच नहीं भेजे है कई हाजिर है कई इन्होंने बोलने वाले है असं सारे तो सारे का धन्यवाद भी करा खेमा भी चाहते हैं। जसपाल सिंह सबका मंत्री सरदार बलजीत सिंह के बेटे वो भी इतने हाजिर है सतनाम सिंह DSP अजीत सिंह शाम
ਸਾਬਕਾ ਐਮ ਐਲ ਏ ਮਨਜੀਤ ਸਿੰਘ ਜਿਹੜੇ ਆਮ ਪਾਰਟੀ ਦੇ ਮੌਜੂਦਾ ਐਮ ਐਲ ਏ ਆ ਉਹ ਵੀ ਹਾਜ਼ਰ ਹੈ, ਜਗਰੂਪ ਸਿੰਘ ਜੀ ਗੁੱਸਾ ਉਹ ਵੀ ਇੱਥੇ ਹਾਜ਼ਰ ਹੈ, ਗੁਰਦੇਵ ਸਿੰਘ ਜੀ ਇਸ ਵੀ ਜਿਹੜੇ ਸਾਡੇ ਮੁੰਡੇ ਹੈ ਉਹ ਵੀ ਹੈ, ਵਰਿੰਦਰ ਕੁਮਾਰ ਆਈ ਜੀ ਪੰਜਾਬ ਪੁਲਿਸ, ਰਾਜਿੰਦਰ ਕੌਰ ਭਾਗੀ ਦੇ ਸਾਬਕਾ ਐਮ ਐਲ ਏ, ਹਰੀ ਸਿੰਘ ਜੀ ਖਾਈ, ਲਖਵਿੰਦਰ ਸਿੰਘ ਛੀਨਾ ਪੰਜਾਬ ਪੁਲਿਸ, ਰਣਜੀਤ ਸਿੰਘ ਐਸ ਐਸ ਪੀ, ਲੋਕੋ ਮਹੇਸ਼ਿੰਦਰ ਸਿੰਘ ਜੀ ਨਿਆਜ਼ਰ ਵਾਲਾ ਸਾਬਕਾ ਐਮ ਐਲ ਏ ਵਾਹਗਾ ਪੁਰਾਣਾ, ਹਰਿੰਦਰ ਸਿੰਘ ਜੀ ਰਣੀਆਂ, ਭਵਿੰਦਰ ਸਿੰਘ ਜੀ ਸਾਬਕੇ ਹਲਕਾ ਇੰਚਾਰਜ ਜਗਰਾਓਂ, ਮਨਦੀਪ ਸਿੰਘ ਜੀ ਸਰਬਾ ਐਸ ਐਸ ਪੀ, ਡੀ ਐਸ ਪੀ ਕਵਿੰਦਰ ਸਿੰਘ ਜੀ, ਬਲਵੀਰ ਕੁਮਾਰ ਵਾਹਗਾ, ਹੋਰ ਵੀ ਬਹੁਤ ਸਾਰੇ ਸੱਜਣ ਹੈ ਕਿ ਜਿਨ੍ਹਾਂ ਦਾ ਨਾਮ ਨਹੀਂ ਲੈ ਸਕਦੇ, ਉਹਨਾਂ ਤੋਂ ਸਾਰਿਆਂ ਤੋਂ ਪਰਿਵਾਰ ਵੱਲੋਂ ਮੈਂ ਆਪਣੇ ਵੱਲੋਂ ਦੋਨੇ ਹੱਥ ਬੰਨ੍ਹ ਕੇ ਜੀਵਾਂ ਚਾਹੁੰਦਾ। ਹੁਣ ਇਹਨਾਂ ਦੇ ਰਿਸ਼ਤੇਦਾਰ ਜਾਂ ਪਰਿਵਾਰ ਵੱਲੋਂ ਘਰ ਆਪਣੇ ਸੁਰਜੀਤ ਸਿੰਘ ਜੀ ਜਿਹੜੇ ਧਰਮਪੁਰ ਹਲਕੇ ਦੇ ਮਿਲੇ ਹੈ, ਉਹ ਸਾਰੀ ਸੰਗਤ ਦਾ ਧੰਨਵਾਦ ਕਰਨਗੇ, ਜੀ ਆਇਆਂ ਕਹਿਣਗੇ ਸਰਦਾਰ ਸੁਰਜੀਤ ਸਿੰਘ ਜੀ, ਰੋਪੜ ਸਾਹਿਬ ਸ਼ਹਿਰ ਦੀ ਜਗਤੀ ਜੋ ਸ਼ਹਿਰ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤਸਰ ਬੋਧ ਵਿੱਚ ਬੈਠੇ, ਸਾਧ ਸਿੰਘ ਜੀ ਜੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੇ ਆਪ ਜੀ ਲੈ ਗਿਆ ਤੇਰਾ ਹੁਣ ਕਮਾਏ ਘੱਲੇ ਆਵੇ ਨਾਮ ਦਾ ਸਤਿ ਔਰ ਜੈ ਦੇ ਮਾਂ ਬਾਗਰ ਸਾਹਿਬ, ਸਾਡੇ ਅਵਤਾਰ ਜੋ ਮਾਸੀ ਜੀ ਸੁਰਜੀਤ ਕੌਰ ਜੋ ਕੁਝ ਦਿਨ ਪਹਿਲਾਂ ਦੀਪ ਜੋੜਾ ਦੇ ਗਏ ਆ, ਅੱਜ ਸਾਰੇ ਉਹਨਾਂ ਨੂੰ ਸਰਦਾ ਦੇ ਕੋਲ ਭੇਟ ਕਰਨ ਲਈ ਆਏ ਹੈ। ਜੋ ਇਨਸਾਨ ਇਸ ਸੰਸਾਰ 'ਤੇ ਆਇਆ ਉਸਨੇ ਇੱਕ ਨਾ ਇੱਕ ਦਿਨ ਚਲੇ ਜਾਣਾ, ਜਾਣ ਤੋਂ ਬਾਅਦ ਉਹਦਾ ਲੀਕਾ ਚੋਖਾ ਕੀਤਾ ਜਾਂਦਾ ਕਿ ਇਸ ਸੰਸਾਰ 'ਤੇ ਆਇਆ ਸੀ ਆਪਣੇ ਪਰਿਵਾਰ ਨੂੰ ਜਾਂ ਨਗਰ ਨੂੰ ਕਿਹੋ ਜਿਹੀ ਸੇਧ ਦੇ ਕੇ ਗਿਆ। ਜੇ ਮੈਂ ਇਸ ਪਰਿਵਾਰ ਦੀ ਗੱਲ ਕਰਦਾ, ਸਾਡੇ ਬਹੁਤ ਹੀ ਸਤਿਕਾਰ ਜੋ ਦਾਦਾ ਜੀ ਅਮਰ ਸਿੰਘ ਜੀ ਹੋਣੀ ਜਿਹੜੇ ਕਿ ਇੱਥੋਂ ਨਗਰ ਦੇ ਸਰਪੰਚ ਰਹੇ ਆ, ਅੱਜ ਉਹਨਾਂ ਦਾ ਪਰਿਵਾਰ ਉਹਨਾਂ ਦੇ ਤਿੰਨ ਬੇਟੇ ਲਾਲਪੂਰ ਸਿੰਘ, ਰਾਮ ਸਿੰਘ ਅਤੇ ਮਿਸਦਾ ਮੁਖਤਿਆਰ ਸਿੰਘ, ਜਿਹੜੇ ਕਿ ਮੁਖਤਿਆਰ ਸਿੰਘ ਜੀ ਹੋਣੀ ਛੋਟੀ ਉਮਰ ਦੇ ਵਿੱਚ ਟੀਕਾਕਰਨ ਕਰਕੇ ਸੀ, ਪਰ ਉਸ ਤੋਂ ਮਗਰੋਂ ਜਿਸ ਟਾਈਮ ਤੋਂ ਲੈ ਕੇ ਸਾਡਾ ਇਸ ਪਰਿਵਾਰ ਦੇ ਨਾਲ ਵਾਸਤਾ ਪਿਆ, ਸਾਡਾ ਰਿਸ਼ਤਾ ਪਿਆ, ਮੇਰੀ ਭੈਣ ਕਰਮਜੀਤ ਕੌਰ ਦੀ ਸ਼ਾਦੀ ਅਤੇ ਸਰਦਾਰ ਅਮਰ ਸਿੰਘ ਦੇ ਪੁੱਤਰੇ ਅਤੇ ਸਰਦਾਰ ਰਾਮ ਸਿੰਘ ਦੇ ਬੇਟੇ ਕਾਕਾ ਬਲਜੀਤ ਸਿੰਘ ਦੇ ਨਾਲ ਹੋਈ, ਉਸ ਟਾਈਮ ਤੋਂ ਲੈ ਕੇ ਇਸ ਪਰਿਵਾਰ ਦੇ ਨਾਲ ਮੈਂ ਦੇਖਦਾ ਹੈਗਾ ਵੀ ਇਸ ਪਰਿਵਾਰ ਦੇ ਨਾਲ ਵੀ ਇਸ ਪਰਿਵਾਰ ਦਾ ਕਿੰਨਾ ਮੇਲ ਵਿਪਾਰ ਸਾਨੂੰ ਵੇਖਣ ਨੂੰ ਮਿਲਿਆ। ਮਾਸਟਰ ਜੀ ਪੂਰ ਸਿੰਘ ਹੋਣੀ, ਸਰਦਾਰ ਰਾਮ ਸਿੰਘ ਹੋਣੀ, ਜਦੋਂ ਅਸੀਂ ਦੇਖਣਾ ਇਹਨਾਂ ਦੇ ਆਪਦੇ ਕਿਤੇ ਨਾ ਵਿਆਹ ਹੁੰਦਾ ਸੀ ਕਿ ਕਿਸ ਤਰ੍ਹਾਂ ਕਿਸਾਨੀ ਕਰਨੀ ਹੈ, ਬਹੁਤ ਹੀ ਵਧੀਆ ਕਿਸਾਨੀ ਹੈ, ਉਹ ਕਿਸਾਨੀ ਕਿੱਦਾਂ ਕਰਦੇ ਸੀਗੇ, ਪਰ ਉਹ ਸੇਧ ਜਿਹੜੀ ਆ ਉਹ ਜਿਸ ਤਰ੍ਹਾਂ ਮੈਂ ਦੱਸ ਸਕਿਆ ਸਾਡੇ ਬਾਬਾ ਜੀ ਦੇ ਲਾਲ ਅਮਰ ਸਿੰਘ ਜੀ ਸਾਬਕਾ ਸਰਪੰਚ ਉਹਨਾਂ ਤੋਂ ਸਾਰਿਆਂ ਤੋਂ ਮਿਲਿਆ ਉਹਨਾਂ ਨੂੰ, ਪਰ ਉਸ ਟਾਈਮ ਤੋਂ ਮਗਰੋਂ ਕਿ ਫਿਰ ਸਾਡੇ ਭੈਣ ਹੋਈ ਸਰ ਬਲਜੀਤ ਸਿੰਘ ਹੋਣੀ ਉਹ ਚੜ੍ਹਾਈ ਕਰਕੇ ਉਸ ਤੋਂ ਮਗਰੋਂ ਰਾਮ ਬਲਜੀਤ ਤੋਂ ਪਹਿਲਾਂ ਕਾਕਾ ਗੀਤ ਅਤੇ ਉਹ ਚੜ੍ਹਾਈ ਕਰ ਗਿਆ, ਉਸ ਤੋਂ ਮਗਰੋਂ ਬਲਜੀਤ ਉਹ ਵੀ ਚਲੇ ਗਿਆ, ਪਰ ਮਾਤਾ ਨੇ ਜਿਹੜਾ ਹੈਗਾ ਇਸ ਪਰਿਵਾਰ ਨੂੰ ਡੋਲਰ ਵੀ ਦਿੱਤਾ ਗਾ, ਬਹੁਤ ਹੀ ਵਧੀਆ ਸੇਧ ਦਿੱਤੀ, ਨਹੀਂ ਤਾਂ ਇਹੋ ਜਿਹੀਆਂ ਘਟਨਾਈਆਂ ਹੋਣ ਉਸ ਤੋਂ ਮਗਰੋਂ ਪਰਿਵਾਰ ਜਿਹੜਾ ਅੱਗੇ ਤੁਰ ਚੁੱਕਾ ਨਹੀਂ ਰਹਿੰਦਾ ਗਾ। ਅਤੇ ਮੈਂ ਗੱਲ ਇਹ ਗੁਰੂ ਸਾਹਿਬ ਦੀ ਹਜ਼ੂਰੀ ਕਹਿੰਦਾ ਕਿ ਉਹਨਾਂ ਨੇ ਜਿਹੜਾ ਹੈਗਾ ਜਿਸ ਤਰ੍ਹਾਂ ਪਹਿਲਾਂ ਮੈਂ ਜਾਣਾ ਮਾਸੀ ਜੀ ਉਹਨਾਂ ਦਾ ਆਪਸ ਵਿੱਚ ਪਿਆਰ ਸੀਗਾ, ਦਰਾਣੀਆਂ ਜਠਾਣੀਆਂ ਦਾ ਇੱਕ ਭੈਣਾਂ ਦਾ ਪਿਆਰ ਸੀ ਉਹਨਾਂ ਦਾ, ਅੱਜ ਵੀ ਇਸ ਪਰਿਵਾਰ ਦਾ ਜੇ ਸਰਦਾਰ ਗੋਪਾਲ ਸਿੰਘ ਜੀ ਉਹਨਾਂ ਦੀ ਗੱਲ ਕਰੀਏ ਤਾਂ ਰਣਜੀਤ ਸਿੰਘ ਉਹਨਾਂ ਦੀ ਉਹ ਵੀ ਇੱਕ ਬਹੁਤ ਵਧੀਆ ਇਹਨਾਂ ਦਾ ਪਿਆਰ ਜਿਹੜਾ ਦਾ ਪਰਿਵਾਰ ਦੇ ਵਿੱਚ ਬਣਿਆ। ਅਤੇ ਅੱਜ ਜਿਹੜਾ ਉਸ ਤੋਂ ਮਗਰੋਂ ਸਾਡੀਆਂ ਭੈਣਾਂ ਚਰਨਜੀਤ ਜਾਂ ਮੈਂ ਜਸਵਿੰਦਰ ਦੀ ਗੱਲ ਕਰਾਂ, ਉਹ ਵੀ ਇੱਕ ਉਹਨਾਂ ਨੇ
ਆਪਣੀ ਧੀਆਂ ਨੂੰ ਵੀ ਵੱਧ ਪਿਆਰ ਦੇ ਕੇ ਉਹਨਾਂ ਨੇ ਉਹਨਾਂ ਨੂੰ ਇਹ ਯਾਦ ਦਿਵਾਉਣ ਦਿੱਤੀ। ਅੱਜ ਜਿਹੜੇ ਆ ਅੱਜ ਉਹਨਾਂ ਦੇ ਪੋਤਰੇ ਜਾਂ ਸੁਖਦੀਪ ਸਿੰਘ ਜੀ ਅਤੇ ਕਾਕਾ ਜਗਦੀਪ ਸਿੰਘ ਉਹ ਅੱਜ ਪੂਰੇ ਜਵਾਨ ਹੋ ਗਏ। ਅੱਜ ਜਿਹੜਾ ਉਹਨਾਂ ਦਾ ਸਦਕਾ ਹੀ ਅੱਜ ਜਿੱਥੋਂ ਤੱਕ ਪਹਿਲਾਂ ਕਾਂਗਰਸ ਸਾਹਿਬ ਨੂੰ ਬੋਲ ਕੇ ਗਏ ਆ, ਬਹੁਤ ਵੱਡੀ ਤਾਰੀਫ ਕਰਕੇ ਗਏ ਆ, ਸਾਰਾ ਕੁਛ ਉਹ ਸਾਰਾ ਕੁਛ ਤੁਹਾਡੇ ਸਾਹਮਣੇ ਆ। ਪਿੰਡ ਦੇ ਸਰਪੰਚ ਬਣੇ, ਅੱਜ ਸਰਪੰਚ ਤੱਕ ਸੀਮਤ ਨਹੀਂ ਗਏ। ਅੱਜ ਜੇ ਮੈਂ ਇਹਦਾ ਗੱਲ ਕਰਾਂ, ਜਿੱਥੋਂ ਤੱਕ ਉਹਨਾਂ ਦੀ ਪਕੜ ਜਿਹੜੀ ਆ ਆਪਣੀ ਸਿਆਸੀ ਪਾਰਟੀ ਵਿੱਚ, ਜੇ ਮੈਂ ਕਹਿਣਾ ਅੱਜ ਮੈਂ ਕਿਹੜੇ ਦਾ ਨਾਮ ਲਵਾਂ ਤੇ ਬਹੁਤ ਵੱਡੀ ਲੰਮੀ ਕਤਾਰ ਲੱਗਦੀ ਆ। ਉਸ ਤੋਂ ਅੱਗੇ ਜਾਵਾਂ ਅਫਸਰ ਸਮਾਨ ਦੇ ਵਿੱਚ ਬਹੁਤ ਵੱਡਾ ਰੋਲ ਆ, ਮੈਂ ਕਿਹੜੇ ਕਿਹੜੇ ਅਫਸਰਾਂ ਦੇ ਨਾਮ ਲਵਾਂ ਜਿਹੜੇ ਇੱਥੇ ਮੌਜੂਦ ਆ ਜਾਂ ਇਸ ਤੋਂ ਪਹਿਲਾਂ ਹਾਜ਼ਰੀ ਲਗਾ ਕੇ ਚਲੇ ਗਏ ਆ। ਇਹ ਸਾਰਾ ਕੁਛ ਕਿੱਥੋਂ ਪਾਲਾ ਪਾਉਂਦਾ, ਇਹ ਸਾਰਾ ਕੁਛ ਬਜ਼ੁਰਗਾਂ ਤੋਂ ਹੀ ਮਿਲਦਾ ਹੈਗਾ। ਇਹ ਬਜ਼ੁਰਗਾਂ ਦੀ ਦੇਣ ਹੈਗੀ ਆ, ਉਹ ਮਾਤਾ ਸੰਜੀਤ ਕੌਰ ਹੋਣਾਂ ਦੀ, ਸਾਡੀ ਮਾਸੀ ਜੀ ਹੋਣਾਂ ਦੀ, ਇਹ ਕਿੱਥੋਂ ਹੁੰਦਾ। ਜੇ ਮੈਂ ਅੱਜ ਗੱਲ ਕਰਾਂ ਜਿਸ ਤਰ੍ਹਾਂ ਕਿ ਕਾਂਗਰਸ ਦੇ ਉਹਨਾਂ ਨੇ ਦੱਸਿਆ ਹੈਗਾ ਵੀ ਉਹਨਾਂ ਨੂੰ ਪਤਾ ਵੀ ਹੁੰਦੀ ਹੁੰਦਾ ਕਿਵੇਂ ਪ੍ਰਸ਼ਾਦਾ ਪਤਾ ਪਾ ਕੇ ਰੱਖੀ ਜਾਣਾ। ਅੱਜ ਵੀ ਉਹਨਾਂ ਨੇ ਮੈਂ ਕਹਿੰਦਾ ਥੋੜ੍ਹਾ ਚਿਰ ਹੀ ਪਹਿਲਾਂ ਸਾਨੂੰ ਜੇ ਅਸੀਂ ਕਹਿ ਦਈਏ ਉਮਰ 80-85 ਸਾਲ ਦੀ ਹੋ ਗਈ, ਪਰ ਉਹ ਸਾਨੂੰ ਇਹ ਵੀ ਨਹੀਂ ਲੱਗਦਾ ਵੀ ਇਹਨਾਂ ਦੀ ਉਮਰ ਇੰਨੀ ਹੋ ਗਈ ਆ, ਪਰ ਸਾਨੂੰ ਤਾਂ ਇਹ ਲੱਗਦਾ ਸੀ ਬਹੁਤ ਠੀਕ ਹੈਗੇ ਆ। ਇਹ ਬਹੁਤ ਹੀ ਵਧੀਆ ਪਿਆਰ ਸਰਕਾਰ ਹੈ ਇਹਦੇ ਕੋਈ ਦੇਣਾ। ਮੈਂ ਕਹਿੰਦਾ ਉੱਚਾ ਬੋਲਣਾ ਤਾਂ ਉਹਦੇ ਹਿੱਸੇ ਵਿੱਚ ਹੀ ਸੀ ਆਇਆ, ਹਰ ਵਕਤ ਨਿਮਰਤਾ ਦੇ ਨਾਲ ਗੱਲ ਕਰਨੀ, ਬਹੁਤ ਹੀ ਹੌਲੀ ਹਰੇਕ ਨੂੰ ਬੜਾ ਪਿਆਰ ਦੇਣਾ, ਗੁਰੂ ਘਰ ਦੇ ਸ਼ਰਧਾਲੂ ਸੀ। ਅਤੇ ਪਰ ਜਿੱਦਾਂ ਕਹਿੰਦੇ ਆ ਜੇ ਕਿਸੇ ਦੀ ਖੁਸ਼ੀ ਵਿੱਚ ਸ਼ਾਮਲ ਹੋਈਏ ਤੇ ਖੁਸ਼ੀ ਜਿਹੜੀ ਲੈਣਾ ਵੱਧ ਜਾਂਦੀ ਆ, ਪਰ ਜੇ ਕਿਸੇ ਦੁੱਖ ਦੇ ਵਿੱਚ ਨਹੀਂ ਬੋਲੇ ਆ, ਦੁੱਖ ਜਿਹੜਾ ਵਡਾਇਆ ਵਡਾਇਆ ਜਾਂਦਾ। ਮੈਂ ਸਰ ਆਪਣੇ ਪਰਿਵਾਰ ਨੂੰ ਸਾਰੀ ਸੰਗਤ ਜਿੰਨੀ ਵੀ ਇੱਥੇ ਪਹੁੰਚੀ ਆ, ਆਪੋ ਆਪਣੇ ਕਾਰੋਬਾਰ ਛੱਡ ਕੇ ਇੱਥੇ ਪਹੁੰਚਿਆ, ਸਾਰਿਆਂ ਦਾ ਬਹੁਤ ਬਹੁਤ ਸਨਮਾਨ ਕੀਤਾ ਜਾਂਦਾ। ਅਤੇ ਨਾਲ ਹੀ ਇਹ ਬੇਨਤੀ ਕਰਦੇ ਵੀ ਸਾਰਿਆਂ ਨੇ ਚਾਹ ਪਾਣੀ ਲੰਗਰ ਪ੍ਰਸ਼ਾਦਾ ਜਿਹੜਾ ਛਕ ਕੇ ਜਾਣਾ ਹੈਗਾ। ਫਿਰ ਪਰਮਾਤਮਾ ਕੇ ਅਰਦਾਸ ਕਰਦੇ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਦਾਸ ਬਖਸ਼, ਪਿੱਛੇ ਸਾਨੂੰ ਸਾਰੇ ਪਰਿਵਾਰ ਨੂੰ ਉਹਨਾਂ ਦੇ ਪਾਇਆ ਹੋਇਆ ਪੂਰਨਿਆਂ ਦੇ ਚੱਲਣ ਦਾ ਬਲ ਬਖਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਸਾਰੀ ਸੰਗਤ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਇੰਨੇ ਸ਼ਬਦ ਕਹਿ ਕੇ ਸੇਵਾ ਜਾਣਾ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ।